सब्सक्राइब करो NC7 न्यूज नो ते लेटेस्ट अपडेट पाने लिए प्रेस करो बेल आइकन। ਖਬਰਾਂ ਦੀ ਸ਼ੁਰੂਆਤ ਵੱਡੀ ਖਬਰ ਤੋਂ ਪਟਿਆਲਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਪੁਲਿਸ ਵੱਲੋਂ ਇੱਕ ਅੰਤਰਰਾਜੀ ਸਨੈਚਰ ਗਿਰੋਹ ਨੂੰ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਉੱਥੇ ਪਟਿਆਲਾ ਦੇ CIA ਸਟਾਫ ਦੇ ਇੰਚਾਰਜ ਸਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ 5 ਰਾਜਾਂ ਦੇ ਵਿੱਚ ਲੋੜੀਂਦੇ ਚੇਨ ਸਨੈਚਰ ਗਿਰੋਹ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ ਨਾਲ ਹੀ ਉਹਨਾਂ ਦੱਸਿਆ ਕਿ ਇਸ ਗਿਰੋਹ 'ਚ ਤਿੰਨ ਔਰਤਾਂ ਵੀ ਸ਼ਾਮਿਲ ਨੇ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਕਾਫੀ ਵਾਰਦਾਤਾਂ ਹੋ ਰਹੀਆਂ ਸੀਗੀਆਂ ਜਿਹੜੀਆਂ ਚੇਨ ਸਨੈਚਿੰਗ ਦੀਆਂ ਇਹਦੇ ਰਿਗਾਰਡਿੰਗ ਇੱਕ ਗੈਂਗ ਦੀ ਇਨਫੋਰਮੇਸ਼ਨ ਸੀ 25/7/2020 ਨੂੰ ਜਿਹੜੀ ਕਿ YPS ਚੌਂਕ ਦੇ ਨੇੜੇ ਸਾਡੀ ਪੁਲਿਸ ਪਾਰਟੀ ਖੜੀ ਸੀ CA ਸਟਾਫ ਪਿਆਰ ਦੀ ਤਾਂ ਉਹ ਇਨਫੋਰਮੇਸ਼ਨ ਇਹ ਸੀ ਕਿ ਇਹ ਜਿਹੜੇ ਗੈਂਗ ਦੀਆਂ ਕੁਝ ਲੇਡੀਜ਼ ਦੇ ਬੰਦੇ ਨੇ ਅੱਜ ਇੱਕ ਕਾਰ ਦੇ ਵਿੱਚ ਸਵਿਫਟ ਕਾਰਡ ਜ਼ਹਿਰ ਦੇ ਵਿੱਚ ਸਵਾਰ ਹੋ ਕੇ ਆ ਰਹੇ ਨੇ ਅਤੇ ਉਹਨਾਂ ਨੂੰ ਅਸੀਂ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਗੱਡੀ ਭਜਾ ਦਿੱਤੀ ਅਤੇ ਗੱਡੀ ਭਜਾਉਣ ਤੋਂ ਬਾਅਦ ਜਦੋਂ ਉਹਨਾਂ ਨੂੰ ਅਸੀਂ ਅੱਗੇ ਰਾਊਂਡ ਅਪ ਕੀਤਾ ਤਾਂ ਈਵਨ ਪੁਲਿਸ ਦੀ ਗੱਡੀ ਦੇ ਵਿੱਚ ਜਿਹੜੀ ਇਹਨਾਂ ਦੀ ਗੱਡੀ ਵੀ ਵੱਜੀ ਉਸ ਤੋਂ ਬਾਅਦ ਤਿੰਨ ਜਿਹੜੀਆਂ ਲੇਡੀਜ਼ ਨੇ ਗ੍ਰਿਫਤਾਰ ਕੀਤੀਆਂ ਲੱਛੋ ਵਾਸੀ ਨਗਰੋਈ ਰੂਪਾ ਵਾਸੀ ਮਰਾਦਪੁਰ ਅਤੇ ਕਰਮਜੀਤ ਕਾਕੀ ਵਾਸੀ ਚੌੜੀਆਂ ਇਹਨਾਂ ਤਿੰਨਾਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਅਤੇ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਅਤੇ ਜਿਨ੍ਹਾਂ ਨੇ ਕਾਫੀ ਵਾਰਦਾਤਾਂ ਜਿਹੜੀਆਂ ਕਰਨੀਆਂ ਮੰਨੀਆਂ ਤਕਰੀਬਨ 4-5 ਸਟੇਟਾਂ ਦੇ ਵਿੱਚ ਇਹਨਾਂ ਦੇ ਖਿਲਾਫ 100 ਤੋਂ ਵੀ ਵੱਧ ਮੁਕੱਦਮਾ ਦਰਜ ਆ ਜਿਹੜੀ ਲੱਛੋ ਆ ਲੱਛੋ ਦੇ ਉੱਤੇ 69 ਮੁਕੱਦਮੇ ਦਰਜ ਨੇ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਅਤੇ ਹੋਰ ਸਟੇਟਾਂ ਦੇ ਵਿੱਚ ਜਿਹੜੀ ਕਾਕੀ ਹੈ ਜੌੜੀਆਂ ਤੋਂ ਉਹਦੇ ਖਿਲਾਫ 4 ਮੁਕੱਦਮੇ ਦਰਜ ਨੇ ਅਤੇ ਜਿਹੜੀ ਰੂਪਾ ਉਹਦੇ ਖਿਲਾਫ 29 ਮੁਕੱਦਮੇ ਦਰਜ ਨੇ ਇਹਨਾਂ ਦੇ ਜਿਹੜੇ 2 ਮੈਂਬਰ ਨੇ ਇੱਕ ਮਨਜੀਤ ਵਾਸੀ ਸੁੰਦਰ ਅਤੇ ਸੱਤਿਆ ਵਾਸੀ ਨੰਗੋਈ ਉਹ ਉੱਥੋਂ ਮੌਕੇ 'ਤੇ ਕਿਉਂਕਿ ਰਸ਼ ਹੋ ਗਿਆ ਸੀਗਾ ਪਬਲਿਕ ਦਾ ਉੱਥੋਂ ਖਿਸਕ ਗਏ ਸੀਗੇ ਅਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 187/2020 ਥਾਣਾ ਸਿਵਲ ਅੰਕੜਿਆਲਾ ਵਿੱਚ ਜਿਹੜਾ 307/379/2/475/73 ਇਹਦੇ ਤਹਿਤ ਜਿਹੜਾ ਦਰਜ ਕਰਕੇ ਜਿਹੜੀ ਕਾਰਵਾਈ ਸ਼ੁਰੂ ਕੀਤੀ ਗਈ ਆ ਅਤੇ ਇਹਨਾਂ ਦਾ 30 ਤਰੀਕ ਤੱਕ ਦਾ ਜਿਹੜਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਮਾਨਯੋਗ ਦਾ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਹੁਣ ਪਠਾਨਕੋਟ DC ਦਫ਼ਤਰ ਦੇ 2 ਮੁਲਾਜ਼ਮ ਕੋਰੋਨਾ ਦੀ ਚਪੇਟ ਵਿੱਚ ਆ ਗਏ ਨੇ ਪੂਰੇ DC ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਹੈ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਹੈ ਤੇ ਨਾਲ ਹੀ DC ਦਫ਼ਤਰ ਦੇ ਹੋਰ ਕਰਮਚਾਰੀਆਂ ਦੇ ਵੀ ਟੈਸਟ ਕਰਵਾਏ ਜਾ ਰਹੇ ਨੇ ਪੰਜਾਬ ਕਿਸਾਨ ਸੰਗਠਨਾਂ ਤੇ ਪੁਲਿਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਪ੍ਰਦਰਸ਼ਨ ਕਰਨ ਵਾਲਿਆਂ ਤੇ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਦੇ ਅਜਨਾਲਾ 'ਚ 200 ਕਿਸਾਨਾਂ ਤੇ FIR ਕੀਤੀ ਗਈ ਹੈ 8 ਕਿਸਾਨ ਆਗੂਆਂ ਦਾ ਪਰਚੇ 'ਚ ਨਾਂ ਸ਼ਾਮਿਲ ਕੀਤਾ ਗਿਆ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨ ਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ਆਰਡੀਨੈਂਸ ਬਿੱਲ ਬਿਜਲੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਦੇ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ਤੇ ਹੁਣ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਕਿਸਾਨ ਆਗੂਆਂ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ 200 ਕਿਸਾਨਾਂ ਤੇ FIR ਕੀਤੀ ਗਈ ਹੈ 8 ਕਿਸਾਨ ਆਗੂਆਂ ਦਾ ਪਰਚੇ 'ਚ ਨਾਂ ਸ਼ਾਮਿਲ ਹੈ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੇ ਵੱਲੋਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਿਸਾਨਾਂ ਦੇ ਵੱਲੋਂ ਨਹੀਂ ਕੀਤੀ ਗਈ ਤਾਂ ਹੀ ਕਿਸਾਨਾਂ ਤੇ ਇਹ ਪਰਚੇ ਦਰਜ ਕੀਤੇ ਗਏ ਨੇ ਜਲੰਧਰ ਜ਼ਿਲ੍ਹੇ ਵਿੱਚ ਕੋਰੋਨਾ ਮਹਾਮਾਰੀ ਦਾ ਮੱਕੜ ਜਾਲ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਵੱਡੀ ਗਿਣਤੀ 'ਚ ਕੋਰੋਨਾ ਮਾਮਲੇ ਸਾਹਮਣੇ ਨਾ ਆਉਣ ਮੰਗਲਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਦੇ 62 ਨਵੇਂ ਮਾਮਲੇ ਸਾਹਮਣੇ ਆਏ ਨੇ ਜਦਕਿ ਇੱਕ ਹੋਰ ਮਰੀਜ਼ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਫਰੀਦਕੋਟ ਲੈਬੋਰਟਰੀ ਤੋਂ ਪ੍ਰਾਪਤ ਹੋਏ ਅੰਕੜਿਆਂ ਦੇ ਮੁਤਾਬਿਕ 4 ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਜਦਕਿ ਪ੍ਰਾਈਵੇਟ ਲੈਬੋਰਟਰੀ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਵਿੱਚ 8 ਲੋਕ ਪੋਜ਼ਿਟਿਵ ਆਏ ਨੇ ਇਸ ਤੋਂ ਇਲਾਵਾ ਬਾਅਦ ਦੁਪਹਿਰ ਆਈਆਂ ਰਿਪੋਰਟਾਂ ਵਿੱਚ 14 ਹੋਰ ਲੋਕ ਪੋਜ਼ਿਟਿਵ ਪਾਏ ਗਏ ਨੇ ਜ਼ਿਲ੍ਹੇ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 2107 ਹੋ ਗਈ ਹੈ ਜਦਕਿ 1545 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਨੇ ਜਦਕਿ 43 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਇਲਾਵਾ 472 ਮਰੀਜ਼ ਅਜੇ ਵੀ ਜ਼ਿਲ੍ਹੇ ਵਿੱਚ ਸਰਗਰਮ ਨੇ ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਧਣ ਕਾਰਨ 15 ਅਗਸਤ ਨੂੰ ਹੋਣ ਵਾਲੇ ਸਰਕਾਰੀ ਜਨਤਕ ਸਮਾਰੋਹ ਰੱਦ ਕੀਤੇ ਜਾਣ ਦੇ ਆਸਾਰ ਨੇ ਇਸ ਸੰਬੰਧੀ ਆਖਰੀ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਲੇ ਕੁਝ ਦਿਨਾਂ 'ਚ ਲਿਆ ਜਾਏਗਾ ਪਰ ਸਰਕਾਰੀ ਹਲਕਿਆਂ 'ਚ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕੋਰੋਨਾ ਕੇਸਾਂ ਦੀ ਰਫ਼ਤਾਰ ਫੜੀ ਹੋਈ ਹੈ ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ 'ਚ ਸਰਕਾਰੀ ਜਨਤਕ ਸਮਾਰੋਹ ਕਰਨ ਤੇ ਰੋਕ ਲਾਈ ਜਾ ਸਕਦੀ ਹੈ ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਰੋਨਾ ਕੇਸਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ 15 ਅਗਸਤ ਨੂੰ ਜ਼ਿਲ੍ਹਿਆਂ 'ਚ ਹੋਣ ਵਾਲੇ ਜਨਤਕ ਸਮਾਰੋਹ ਰੱਦ ਕੀਤੇ ਜਾਣ ਦੇ ਆਸਾਰ ਨੇ ਕਿਉਂਕਿ ਇੱਕ ਤਾਂ ਮੌਜੂਦਾ ਹਾਲਾਤਾਂ 'ਚ
रिहर्सल करना मुश्किल होगा और दूजा अधिकारियों का पूरा ध्यान इस वेले कोविड-19 नाल निपटन च लगा होया है। लड़ाई झगड़े दी तस्वीरां लुधियाना दीआं ने जिथे दे शिंगार सिनेमा नेड़े मामूली गल नूं लैके विवाद हो गया, जिस तों बाद दोवें धिरां ने इक दूजे ते इट्टां पत्थरां नाल हमला शुरू कर दिता। पीड़ित धिर दा दोष है कि उसका पुत्तर खाना खाण तों बाद अपने दोस्त नाल गली च सैर कर रिहा सी कि उन्हां दे गुआंढियां वल्लों दोहां नौजवानां ते इट्टां दातरां अते गंडासियां नाल इह कहि के हमला कर दिता गया कि सैर नाल उन्हां दी नींद खराब हुंदी है। लड़ाई झगड़े च इक नौजवान गंभीर रूप च जख्मी हो गया, जिस नूं हस्पताल दाखिल कराया गया। घटना उत्थे लगी सीसीटीवी कैमरे कैद हो गई। फिलहाल पुलिस वालों कैमरिया की फुटेज और पीड़ित धिर के बयान से दूजी धिर खिलाफ मुकदमा दर्ज किया गया। पीड़ित परिवार ने पुलिस को इंसाफ की मांग की है। जी मेरा बेटा ओदा फ्रेंड साडी गली दे ही बदरग मुंडे दोनों असी सारे ही खड़े सी उत्थे रात नूं सैर कर रहे सी बच्चे खाना खाने तो बाद। मेरा बेटा ओदा दोस्त गली सैर कर रहे सी ते साडे घर दे सामने ही है महिंदर सिंह सिपाही है रिटायर, ठीक है जी। वो अगे भी बहुत ज़्यादा गुंडागर्दी वो बच्चे दिखाते हैं बहुत ज़्यादा। राती भी परसों राती शनिवार भी सैर कर रहे थे बच्चे, पहले उन्हें बाहर बारी के गाला कड़िया, ठीक है। ये मेरे बच्चे भी बाहर आ गए अपने घर के अगे आ गए खड़े हो गए, उन्हें गाला कड़िया, ये अगे गए थोड़ा जहा वो आगे इन्होंने कुटना शुरू हो गया, जिदे असी सारे महल ने बिच बचाव किया, जिदे वो गिर गया। उस तो बाद भरा वो प्यो वो भैन, ठीक है जी, तो कुड़ी सारे दात हथियार लैके मार मारन लिए आ गए, जिदे महल वाले ने बचाव जो किया आरे परे करता सारियां नूं, वो कोठे जाके इट्टां मारनियां शुरू हो गए जी। शिंगार सिनेमे की बैक साइड से झगड़ा होया सी परसों रात नूं, दो मुंडे सी अमित ते सौरव ये गली तों लंघ रहे सी। उत्थे रजिंदर दा घर सी, उन्हें बाहर निकल के रोकिया इन्हां नूं कि तुसीं ਤੁਹਾਡੇ ਤੁਰਨ ਦੇ ਨਾਲ ਸਾਡੀ ਨੀਂਦ ਡਿਸਟਰਬ ਹੁੰਦੀ ਹੈ। ਇਸ ਗੱਲ ਨੂੰ ਲੈ ਕੇ ਦੋਨਾਂ ਪਾਰਟੀਆਂ 'ਚ ਝਗੜਾ ਹੋਇਆ ਤਾਂ ਉਹਨਾਂ ਨੇ ਉਹਦੇ ਸੱਟ ਮਾਰ ਦਿੱਤੀ ਸੌਰਵ ਦੇ, ਤਾਂ ਉਹਦੇ ਹੈੱਡ 'ਚ ਸਿਰ ਦੇ ਵਿੱਚ ਗਰੀਵੀਅਸ ਇੰਜਰੀ ਹੈ। ਇਹਨਾਂ ਦਾ ਬਿਆਨ ਲਿਖ ਕੇ ਸੌਰਵ ਦੇ ਬਿਆਨ 'ਤੇ ਰਜਿੰਦਰ ਅਤੇ ਉਹਦੇ ਨਾਲ ਜਿਹੜੇ ਉਹਦੇ ਸਾਥੀ ਨੇ ਉਹਨਾਂ ਦੇ ਖਿਲਾਫ 326 ICC ਦੇ ਤਹਿਤ ਮੁਕੱਦਮਾ ਦਰਜ ਕਰ ਲਿਆ। ਤਾਂ ਤਫਤੀਸ਼ ਜਿਹੜੀ ਆ ਉਹ ਹੋ ਗਈ। ਧੰਨਵਾਦ।